ਅਮਰਿਤਪਾਲ ਨਾਲ ਸੰਬੰਧਿਤ ਇੱਕ ਵਕੀਲ ਨੂੰ ਬਗੈਰ ਨੋਟਿਸ ਗ੍ਰਿਫਤਾਰ ਕਰ ਲਿਆ ਜਾਂਦਾ ਔਰ ਉਸ ਤੋਂ ਬਾਅਦ ਬਾਰ ਐਸੋਸੀਏਸ਼ਨ ਦੇ ਵਿੱਚ ਹੰਗਾਮਾ ਮਚ ਜਾਂਦਾ ਨੋ ਵਰਕ ਡੇ ਪ੍ਰਮਾਣ ਕਰ ਦਿੱਤਾ ਜਾਂਦਾ ਦੱਸ ਦਈਏ ਕਿ ਅਮਰਿਤਪਾਲ ਨਾਲ ਸੰਬੰਧਿਤ ਰਾਜਦੀਪ ਸਿੰਘ ਇੱਕ ਵਕੀਲ ਹੈ ਜੋ ਕਿ ਕਪੂਰਥਲਾ ਦੇ ਜੁਡੀਸ਼ੀਅਲ ਕੋਰਟ ਦੇ ਵਿੱਚ ਪ੍ਰੈਕਟਿਸ ਕਰਦਾ ਹੈ ਵਕਾਲਤ ਕਰਦਾ ਹੈ ਔਰ ਉਸ ਵਕੀਲ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਡਿਟੇਨ ਕਰ ਲਿਆ ਜਾਂਦਾ ਉਸਤੇ ਇਲਜ਼ਾਮ ਲੱਗਦੇ ਨੇ ਕਿ ਆਪਣੀ ਫੇਸਬੁੱਕ ਉੱਤੇ ਅਮਰਿਤਪਾਲ ਨਾਲ ਸੰਬੰਧਿਤ ਕਈ ਚੀਜ਼ਾਂ ਉਹਨੇ ਅਪਲੋਡ ਕੀਤੀਆਂ ਸੀ ਅਮਰਿਤਪਾਲ ਦੇ ਹੱਕ ਦੇ ਵਿੱਚ ਅਪਲੋਡ ਕੀਤੀਆਂ ਸੀ ਐਨਆਈਏ ਵੱਲੋਂ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਕਪੂਰਥਲਾ ਦੇ ਜੁਡੀਸ਼ੀਅਲ ਕੋਰਟ ਦੇ ਵਿੱਚ ਜ਼ਿਲ੍ਹਾ ਨਿਆਂਇਲਿਆ ਦੇ ਵਿੱਚੋਂ ਚੁੱਕ ਲਿਆ ਜਾਂਦਾ ਇਹ ਵਕੀਲ ਜਾਣਕਾਰੀ ਮੁਤਾਬਕ ਬਾਰ ਐਸੋਸੀਏਸ਼ਨ ਦਾ ਕਹਿਣਾ ਕੀ ਰਸਤੇ ਦੇ ਵਿੱਚੋਂ ਹੀ ਵਕੀਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਯਾਨੀ ਕਿ ਉਹ ਆਪਣੇ ਕੰਮ ਤੇ ਪਹੁੰਚ ਰਿਹਾ ਸੀ ਵਕਾਲਤ ਪਹੁੰਚ ਰਿਹਾ ਸੀ ਔਰ ਰਸਤੇ ਦੇ ਵਿੱਚੋਂ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਇਸ ਪੂਰੇ ਮਾਮਲੇ ਨੂੰ ਲੈ ਕੇ ਜਿੱਥੇ ਅਮਰਿਤਪਾਲ ਫਰਾਰ ਹੈ ਉੱਥੇ ਹੀ ਉਸ ਦੇ ਸਾਥੀਆਂ ਨੂੰ ਉਸ ਦੇ ਨਾਲ ਸੰਬੰਧਿਤ ਲੋਕਾਂ ਨੂੰ ਗ੍ਰਿਫਤਾਰ ਕਰਨ ਦੇ ਕੰਮ ਜਿਹੜੇ ਉਹ ਕੀਤੇ ਜਾ ਰਿਹਾ ਹੈ ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਬਾਹਰ ਐਸੋਸੀਏਸ਼ਨ ਵੱਲੋਂ ਇਸ ਗੱਲ ਦਾ ਵਿਰੋਧ ਕੀਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਧੱਕੇ ਦੇ ਨਾਲ ਬਿਨਾਂ ਨੋਟਿਸ ਇਸ ਵਕੀਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਔਰ ਰਸਤੇ ਦੇ ਵਿੱਚੋਂ ਗ੍ਰਿਫਤਾਰ ਕਰ ਲਿਆ ਗਿਆ ਕੋਈ ਵੀ ਨੋਟਿਸ ਜਿਹੜਾ ਹੈ ਇਸ ਵਕੀਲ ਨੂੰ ਨਹੀਂ ਦਿੱਤਾ ਗਿਆ ਇਸ ਮਾਮਲੇ ਦੇ ਵਿੱਚ ਬਾਹਰ ਐਸੋਸੀਏਸ਼ਨ ਵਿਰੋਧ ਕਰਦੀ ਨਜ਼ਰ ਆਈ ਹੈ ਔਰ ਇਸ ਪੂਰੇ ਮਾਮਲੇ ਨੂੰ ਲੈ ਕੇ ਅੱਜ ਨੋ ਵਰਕਡੇ ਐਲਾਨ ਕਰ ਦਿੱਤਾ ਗਿਆ ਕਪੂਰਥਲਾ ਦੀ ਡਿਸਟ੍ਰਿਕਟ ਕੋਰਟ ਦੇ ਵਿੱਚ ਇਹ ਹੰਗਾਮਾ ਮਚ ਜਾਂਦਾ ਹੈ ਬਾਰ ਐਸੋਸੀਏਸ਼ਨ ਜਿਹੜੀ ਆ ਉਹ ਗੁੱਸੇ ਦੇ ਵਿੱਚ ਭੜਕ ਜਾਂਦੀ ਹੈ ਔਰ ਇਸ ਮਾਮਲੇ ਨੂੰ ਲੈ ਕੇ ਉੱਚ ਅਧਿਕਾਰੀਆਂ ਦੇ ਨਾਲ ਵੀ ਗੱਲਬਾਤ ਕੀਤੀ ਜਾ ਰਹੀ ਹੈ ਅਮਰਿਤਪਾਲ ਕਿੱਥੇ ਆ ਕੋਈ ਜਾਣਕਾਰੀ ਨਹੀਂ ਅਮਰਿਤਪਾਲ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਉਸ ਦੇ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਰਾਜਦੀਪ ਸਿੰਘ ਵਕੀਲ ਹੈ ਜੋ ਕਿ ਕਪੂਰਥਲਾ ਦੀ ਡਿਸਟ੍ਰਿਕਟ ਕੋਰਟ ਦੇ ਵਿੱਚ ਵਕਾਲਤ ਕਰਦਾ ਔਰ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਇਸ ਦੇ ਨਾਲ ਇਹ ਵੀ ਦੱਸਦੀ ਹੈ ਕਿ ਜਾਣਕਾਰੀ ਮੁਤਾਬਕ ਇਹ ਵੀ ਦੱਸਿਆ ਜਾ ਰਿਹਾ ਕਿ ਦੋ ਹੋਰ ਵਿਅਕਤੀ ਗ੍ਰਿਫਤਾਰ ਕੀਤੇ ਗਏ ਨੇ ਉਹਨਾਂ ਦੇ ਕੋਲੋਂ ਹਥਿਆਰ ਵੀ ਬਰਾਮਦ ਹੋਏ ਨੇ ਔਰ ਵਿ ਲਿੰਕ ਵੀ ਦੱਸੇ ਜਾ ਰਹੇ ਨੇ ਪਰ ਇਸ ਵਕੀਲ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ 9 ਵਰਕਡੇ ਐਲਾਨ ਕਰ ਦਿੱਤਾ ਗਿਆ ਬਾਰ ਐਸੋਸੀਏਸ਼ਨ ਦੇ ਵਿੱਚ ਗੁੱਸੇ ਦਾ ਮਾਹੌਲ ਹੈ ਬਾਰ ਐਸੋਸੀਏਸ਼ਨ ਦਾ ਕਹਿਣਾ ਸੀ ਕਿ ਪਹਿਲਾਂ ਨੋਟਿਸ ਜਾਰੀ ਕਰਨਾ ਚਾਹੀਦਾ ਹੈ ਇੱਕ ਲੀਗਲ ਪ੍ਰੋਸੈਸ ਹੈ ਉਸ ਨੂੰ ਫਾਲੋ ਕਰਨਾ ਚਾਹੀਦਾ ਹੈ ਜਿਸ ਤੋਂ ਬਾਅਦ ਗ੍ਰਿਫਤਾਰੀ ਹੋਣੀ ਚਾਹੀਦੀ ਸੀ ਪਰ ਜਾਣਕਾਰੀ ਮੁਤਾਬਕ ਰਸਤੇ 'ਚੋਂ ਹੀ ਰਾਜਦੀਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਅਮਰਿਤਪਾਲ ਸਿੰਘ ਦੇ ਨਾਲ ਤਾਲੁਕ ਦੱਸੇ ਜਾਂਦੇ ਨੇ ਅਮਰਿਤਪਾਲ ਦੇ ਸੰਬੰਧੀ ਪੋਸਟਾਂ ਜਿਹੜੀਆਂ ਨੇ ਉਹ ਸ਼ੇਅਰ ਕੀਤੀਆਂ ਜਾਂਦੀਆਂ ਨੇ ਫੇਸਬੁੱਕ ਉੱਤੇ ਰਾਜਦੀਪ ਸਿੰਘ ਵੱਲੋਂ ਔਰ ਉਸ ਦੇ ਖਿਲਾਫ ਜਿਹੜਾ ਇਹ ਮਾਮਲਾ फडਕਦਾ ਐਨਆਈਏ ਦੀ ਨਿਗਾ ਵਿੱਚ ਆਂਦਾ ਹੈ ਵਕੀਲ ਔਰ ਐਨਆਈਏ ਦੇ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ ਔਰ ਰਸਤੇ ਦੇ ਵਿੱਚੋਂ ਗ੍ਰਿਫਤਾਰ ਕਰ ਲਿਆ ਜਾਂਦਾ ਦੂਜੇ ਪਾਸੇ ਜੇ وکਾਲਤ ਦੀ ਹੀ ਗੱਲ ਕਰੀਏ ਤਾਂ ਅਮਰਿਤਪਾਲ ਦੇ ਵਕੀਲ ਨੂੰ ਵੀ ਹੁਣ ਜਿਹੜੀ ਝਾੜ ਹੈ ਉਹ ਦੁਬਾਰਾ ਪੈ ਚੁੱਕੀ ਹੈ ਇਹੀ ਹੈਬੀਅਸ ਕੋਰਪਸ ਦੀ ਪਟੀਸ਼ਨ ਨੂੰ ਲੈ ਕੇ ਝਾੜ ਪਈ ਹੈ ਜਿਸ ਦੇ ਵਿੱਚ ਉਸ ਦਾ ਕਹਿਣਾ ਹੈ ਕਿ ਅਮਰਿਤਪਾਲ ਨਜਾਇਜ਼ ਹਿਰਾਸਤ ਦੇ ਵਿੱਚ ਪੁਲਿਸ ਦੇ ਕੋਲ ਹੈ ਤੇ ਅਦਾਲਤ ਦਾ ਇਹ ਕਹਿਣਾ ਸੀ ਹਾਈ ਕੋਰਟ ਦਾ ਕਹਿਣਾ ਸੀ ਕਿ ਜਲਦ ਤੋਂ ਜਲਦ ਇਸ ਗੱਲ ਬਾਰੇ ਪ੍ਰਮਾਣ ਸਾਹਮਣੇ ਰੱਖੇ ਜਾਣ ਸਬੂਤ ਰੱਖੇ ਜਾਣ ਨੇ ਹਵਾ ਦੇ ਵਿੱਚ ਗੱਲਾਂ ਨਾ ਕੀਤੀਆਂ ਜਾਂ ਇੱਥੋਂ ਤੱਕ ਕਿਹਾ ਗਿਆ ਹੈ ਕਿ ਅੰਮ੍ਰਿਤਪਾਲ ਦੇ ਵਕੀਲ ਈਮਾਨ ਸਿੰਘ ਖਾਰਾ ਨੂੰ ਕਾਨੂੰਨ ਦੀ ਬੇਸਿਕ ਨੋਲਿਜ ਵੀ ਨਹੀਂ ਹੈ ਇੱਥੋਂ ਤੱਕ ਦੀਆਂ ਟਿੱਪਣੀਆਂ ਜਿਹੜੀਆਂ ਹਾਈ ਕੋਰਟ ਵੱਲੋਂ ਕੀਤੀਆਂ ਜਾ ਚੁੱਕੀਆਂ ਨੇ ਦੂਜੇ ਪਾਸੇ ਸਰਕਾਰ ਦਾ ਕਹਿਣਾ ਹੈ ਕਿ ਜਲਦ ਤੋਂ ਜਲਦ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੜਾ ਨੱਪੜ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਹੁਣ ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਮਦਦ ਵੀ ਲਈ ਜਾ ਰਹੀ ਹੈ ਪੰਜਾਬ ਪਲਸ ਵੱਲੋਂ ਲੋਕਾਂ ਦੀ ਮਦਦ ਵੀ ਲਈ ਜਾ ਰਹੀ ਹੈ ਔਰ ਹਰ ਆਉਣ ਜਾਣ ਸੂਬੇ ਤੋਂ ਆ ਰਿਹਾ ਹੋਵੇ ਜਾਂ ਕਿ ਤੋਂ ਹੋਰੋਂ ਆ ਰਿਹਾ ਹੋਵੇ ਉਸ ਨੂੰ ਅਮਰਿਤਪਾਲ ਦੀ ਪੂਰੀ ਫੋਟੋ ਜਿਹੜੀ ਹੈ ਉਹ ਇੱਕ ਪੋਸਟਰ ਦੇ ਉੱਤੇ ਲਗਾ ਕੇ ਦਿਖਾਈ ਜਾ ਰਹੀ ਹੈ ਤਾਂ ਕਿ ਲੋਕਾਂ ਨੂੰ ਪਤਾ ਹੋਵੇ ਕਿ ਵਿਅਕਤੀ ਜਿਹੜਾ ਵੌਂਟਡ ਹੈ ਉਹ ਕਿਸ ਤਰ੍ਹਾਂ ਦਾ ਅਮਰਿਤਪਾਲ ਦਾ ਅਮਰਿਤਪਾਲ ਕਿਸ ਤਰ੍ਹਾਂ ਦਾ ਦਿਖਦਾ ਤਾਂ ਕਿ ਲੋਕਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਹੋਵੇ ਪਛਾਣਨ ਦੇ ਵਿੱਚ ਪਰ ਇਸ ਪੂਰੇ ਮਾਮਲੇ ਨੂੰ ਲੈ ਕੇ ਉਹਨਾਂ ਵੱਲੋਂ ਅਪੀਲ ਕੀਤੀ ਗਈ ਹੈ ਕਿ ਲੋਕ ਉਹਨਾਂ ਦਾ ਸਹਿਯੋਗ ਕਰਨ ਖੈਰ ਇੱਕ ਵਕੀਲ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਵਕੀਲ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਐਨਆਈਏ ਵੱਲੋਂ ਪੁੱਛਗਿੱਛ ਕੀਤੀ ਜਾਵੇਗੀ ਪੁੱਛਗਿੱਛ ਦੇ ਵਿੱਚ ਉਮੀਦ ਕਰ ਕੀਤੀ ਜਾ ਰਹੀ ਹੈ ਕਿ ਵੱਡੇ ਖੁ ਉਦੇ ਪਾਸੇ ਬਾਹਰ ਐਸੋਸੀਏਸ਼ਨ ਵਿੱਚ ਹੰਗਾਮਾ ਬਾਹਰ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਗਲਤ ਤਰੀਕੇ ਦੇ ਨਾਲ ਨਜਾਇਜ਼ ਤਰੀਕੇ ਦੇ ਨਾਲ ਤੱਕੇ ਦੇ ਨਾਲ ਗ੍ਰਿਫਤਾਰੀ ਕੀਤੀ ਗਈ ਹੈ ਇਸ ਪੂਰੇ ਮਾਮਲੇ ਨੂੰ ਲੈ ਕੇ ਜਲਦ ਹੀ ਕਾਰਵਾਈ ਕੀਤੀ ਜਾਣੇ ਦੀ ਗੱਲ ਕੀਤੀ ਜਾ ਰਹੀ ਹੈ ਪਰ ਫਿਲਹਾਲ ਬਾਹਰ ਐਸੋਸੀਏਸ਼ਨ ਇਸ ਵੇਲੇ ਨੋ ਵਰਕਡੇ ਦੇ ਉੱਤੇ ਹੈ ਜੋ ਕੁਝ ਵੀ ਹੋਏਗਾ ਦੱਸਦੇ ਰਵਾਂਗੇ ਬਨੇ ਰਹੋ 1 ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ